ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀ ਵੀ ਚੈਨਲ ਵੱਲੋਂ ਇਹ ਵੀਡੀਓ ਬਣਾ ਰਹੇ ਹਾਂ ਜਿਸ ਦੇ ਵਿੱਚ ਐਕਸਲ ਦਵਾਈ ਗੋਲੀ ਡੰਡੇ ਲਈ ਅਤੇ ਸ਼ਾਗਨ 2111 ਜਿਹਦੇ ਵਿੱਚ ਆਪਣਾ ਮੈਟਰੀ ਵਿਜ਼ਨ ਹੈ ਅਤੇ ਪਲੱਸ ਟੋਪਕ ਵਾਲਾ ਸਾਲਟ ਹੈ, ਉਹਦੀ ਆਪਾਂ ਵੀਡੀਓ ਬਣਾ ਰਹੇ ਹਾਂ। ਇਹ ਸਪਰੇਅ ਕੀਤੀ ਗਈ ਸੀਗੀ 9 ਦਸੰਬਰ ਨੂੰ ਐਕਸਲ, ਅਤੇ ਦੂਜੀ ਕੀਤੀ ਗਈ ਸੀਗੀ 15 ਦਸੰਬਰ ਨੂੰ ਸ਼ਾਗਨ 2111। ਅਤੇ ਅੱਜ 1 ਮਹੀਨਾ ਐਕਸਲ ਦਵਾਈ ਨੂੰ ਕੀਤੀ ਨੂੰ ਹੋ ਗਿਆ ਅਤੇ 23 ਦਿਨਾਂ ਦੇ ਕਰੀਬ ਜਿੱਥੇ ਆਪਾਂ ਨੇ ਸ਼ਾਗਨ 2111 ਕੀਤੀ ਸੀਗੀ ਉਹਨੂੰ ਹੋ ਗਿਆ। ਬਟ ਸ਼ਾਗਨ ਦੇ ਰਿਜ਼ਲਟ ਜਿਹੜੇ ਨੇ ਸਾਨੂੰ ਵਧੀਆ ਦੇਖਣ ਨੂੰ ਲੱਗੇ ਨੇ, ਪਰ ਆਪਾਂ ਦੋਨੋਂ ਦਵਾਈਆਂ ਦੇ ਰਿਜ਼ਲਟ ਦੇਖਦੇ ਹਾਂ। ਇੱਥੇ ਆਪਾਂ ਨੇ ਜਿਵੇਂ ਆਹਾ ਦੈਡੀ ਦੇ ਵਿੱਚ ਗੁੱਲੀ ਡੰਡਾ ਮਾਰਿਆ ਤਾਂ ਹੈਗਾ ਐਕਸਲ ਨੇ, ਬਟ ਜਿਹੜਾ ਜਿਵੇਂ ਆਪਾਂ ਕਹਿ ਦਈਏ ਵੀ 100% ਮਾਰਿਆ, 100% ਨਹੀਂ ਮਾਰਿਆ ਹੈਗਾ ਇਹਨੇ ਬਿਲਕੁਲ ਵੀ ਦਵਾਈ ਨੇ। ਅਤੇ ਦੂਜੀ ਗੱਲ ਇੱਕ ਹੋਰ ਜਿਹੜੀ ਆਪਾਂ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਵੇਂ ਐਕਸਲ ਦਵਾਈ ਗੁੱਲੀ ਡੰਡਾ ਮਾਰਨਾ ਸ਼ੁਰੂ ਕਰ ਦਿੰਦੀ ਆ, ਪੱਤਿਆਂ ਨੂੰ ਪੀਲੇ ਕਰ ਦਿੰਦੀ ਆ, ਬਟ ਉਹ ਇੱਕ ਗੋਭ ਨੂੰ ਸਾੜ ਦਿੰਦੀ ਆ ਅਤੇ ਉਹਦੇ ਨੀਚਿਓਂ ਜਿਹੜਾ ਹੋਰ ਆ ਇੱਕ ਟਿੱਲਰ ਹੈ ਉਹ ਹੋਰ ਨਵਾਂ ਬਣਨਾ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਆਹਾ ਦੇਖਦੇ ਹਾਂ। ਆਹਾ ਇਹਨੂੰ ਜਿਵੇਂ ਪੱਟ ਕੇ ਦੇਖੀਏ ਆਪਾਂ ਆਹ ਦੇਖ ਸਕਦੇ ਹਾਂ ਆਪਾਂ ਬਾਹਰਲਾ ਪੱਤਾ ਪੀਲਾ ਹੋਇਆ ਪਿਆ, ਅਤੇ ਬਟ ਜਿਹੜੇ ਆਹ ਨੇ ਨਵੇਂ ਪੱਤੇ ਨੇ ਇਹ ਚੱਲਣੇ ਸ਼ੁਰੂ ਹੋ ਗਏ ਨੇ, ਜਾਂ ਫਿਰ ਇਸ ਤੋਂ ਬਿਨਾਂ ਆਹ ਵਾਲਾ ਪੱਤਾ ਵੀ ਸੁੱਕਣਾ ਸ਼ੁਰੂ ਹੋਇਆ ਸੀਗਾ ਦਵਾਈ ਦੇ ਨਾਲ, ਅਤੇ ਆਹ ਨਵਾਂ ਪੱਤੇ ਨੇ ਜਿਹੜੇ ਇਹ ਚੱਲ ਰਹੇ ਨੇ। ਇਸ ਤੋਂ ਬਿਨਾਂ ਜੇ ਆਪਾਂ ਹੋਰ ਵੀ ਕੋਈ ਦੇਖੀਏ, ਆਹ ਦੇਖ ਲਈਏ, ਆਹ ਦੇਖ ਸਕਦੇ ਆਪਾਂ ਚੰਗੀ ਤਰ੍ਹਾਂ ਗੋਭਾ ਨੇ ਜਮਾਂ ਬਿਲਕੁਲ ਸੁੱਕੀਆਂ ਪਈਆਂ ਨੇ, ਪਰ ਨਵੇਂ ਜਿਹੜੇ ਨਵੀਂ ਗੋਭ ਹੈ ਜਿਹੜੀ ਉਹ ਚੱਲਣੀ ਹੈ ਜਿਹੜੀ ਇਹਦੇ ਵਿੱਚੋਂ ਸ਼ੁਰੂ ਹੋ ਗਈ ਆ ਇੱਕੋ ਬੂਟੇ ਦੇ ਵਿੱਚੋਂ। ਇਸ ਕਰਕੇ ਕੋਈ ਬਾਹਲਾ ਜ਼ਿਆਦਾ ਵਧੀਆ ਰਿਜ਼ਲਟ ਐਕਸਲ ਦਾ ਅਸੀਂ ਨਹੀਂ ਮੰਨਦੇ ਹੈਗੇ, ਇਕੱਲੀ ਐਕਸਲ ਦਾ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ, ਜਿਹਨਾਂ ਦੋਸਤਾਂ ਨੇ ਹਜੇ ਤੱਕ ਸਪਰੇਅ ਨਹੀਂ ਕੀਤੀ ਹੈਗੀ ਜਾਂ ਹਜੇ ਕਰਨੀ ਆ ਅੱਗਿਓਂ ਫਿਊਚਰ ਦੇ ਵਿੱਚ 5-10 ਦਿਨਾਂ ਦੇ ਵਿੱਚ, ਉਹ ਐਕਸਲ ਦਵਾਈ ਦੀ ਸਪਰੇਅ ਕਰਨ ਬਾਰੇ ਜੇ ਸੋਚ ਰਹੇ ਨੇ ਤਾਂ ਐਕਸਲ ਦਵਾਈ ਨੂੰ ਇਕੱਲੀ ਨੂੰ ਤਾਂ ਬਿਲਕੁਲ ਵੀ ਨਾ ਕਰਨ, ਪਿਨੋਕਸਾਡੀਨ ਸਾਲਟ ਹੈ ਇਹਦੇ ਵਿੱਚ। ਜੇ ਆਪਾਂ ਐਕਸਲ ਦਵਾਈ ਦੇ ਨਾਲ ਰਿਜ਼ਲਟ ਫੁੱਲ ਲੈਣੇ ਚਾਹੁੰਦੇ ਹਾਂ, ਜਿਵੇਂ 80-90% ਤੱਕ ਚੱਲਿਆ ਜਾਵੇ ਰਿਜ਼ਲਟ ਹੈ ਜਿਹੜਾ ਗੁੱਲੀ ਡੰਡੇ ਦਾ, ਤਾਂ ਉਹਦੇ ਵਿੱਚ ਸੰਕੋਰ ਹੈ ਜਿਹੜੀ 70% ਆਪਣਾ ਸਜੈਂਟਾ ਕੰਪਨੀ ਦੀ ਵੀ ਆਉਂਦੀ ਹੈ ਜਾਂ ਹੋਰ ਕੰਪਨੀਆਂ ਦੀ ਵੀ ਆਉਂਦੀ ਹੈ, ਬਾਏ ਨੇਮ ਸੰਕੋਰ ਦੇ ਨਾਮ ਤੋਂ ਬਾਇਰ ਕੰਪਨੀ ਦੀ ਆਉਂਦੀ ਆ, ਤਾਂ ਉਹਨੂੰ ਜ਼ਰੂਰ ਜਾਣੀ ਵੈਸੇ ਤਾਂ ਸਜੈਂਟਾ ਕੰਪਨੀ ਤਾਂ 100 ਗ੍ਰਾਮ ਪਵਾ ਰਹੀ ਆ ਉਹਨੂੰ ਸੰਕੋਰ ਨੂੰ, ਪਰ ਅਸੀਂ ਹਜੇ ਯੂਜ਼ ਨਹੀਂ ਕੀਤੀ ਹੈਗੀ, ਪਾਈ ਨਹੀਂ, ਹੁਣ ਸਪਰੇਅ ਕੀਤੀ ਹੋਈ ਆ 2 ਤਰੀਕ ਦੀ। ਉਹਦਾ ਜਿਉਂ ਹੀ ਰਿਜ਼ਲਟ ਆਉਂਦਾ ਜਿਵੇਂ ਕੱਲ੍ਹ ਜਾਂ ਪਰਸੋਂ ਤੱਕ ਪਤਾ ਲੱਗ ਜੂਗਾ, ਅਤੇ ਉਸ ਤੋਂ ਬਾਅਦ ਜਿਵੇਂ ਅੱਜ ਤੋਂ ਹਫ਼ਤੇ ਕੁ ਤੱਕ ਪਤਾ ਲੱਗ ਜੂ ਕਿ ਕਣਕ ਨੂੰ ਕਿੰਨਾ ਕੁ ਝੱਸਦੀ ਆ ਉਹ ਸੰਕੋਰ ਕੀਤੀ ਹੋਈ ਆ। ਜੇ ਨਹੀਂ ਝੱਸਦੀ ਫਿਰ ਤਾਂ ਬਾਹਲਾ ਹੀ ਵਧੀਆ, ਵੈਲ ਐਂਡ ਗੁੱਡ ਹੈ, ਤਾਂ ਕਿਉਂਕਿ ਉਹਨੇ ਗੁੱਲੀ ਡੰਡਾ ਦਾ ਬਿਲਕੁਲ 0% ਹਜੇ ਤੱਕ ਉਮੀਦ ਹੈਗੀ ਆ ਵੀ ਸੰਕੋਰ ਨੇ ਖਤਮ ਕਰ ਦੇਣਾ। ਅਤੇ ਜੇ ਕਣਕ ਨਾ ਖਰਾਬ ਕੀਤੀ ਵਧੀਆ ਹੋ ਜੂਗਾ, ਹੈ ਨਾ, ਵੀ ਗੁੱਲੀ ਡੰਡੇ 'ਤੇ ਕੰਟਰੋਲ ਕਰਨ ਵਾਲੀ ਦਵਾਈ ਕੋਈ ਆ ਜੂਗੀ। ਅਤੇ ਬਟ ਜੇ ਉਹਨੇ ਕਣਕ ਖਰਾਬ ਕੀਤੀ ਤਾਂ ਫਿਰ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਉਹ ਕਣਕ ਨੂੰ ਦਵਾਊਗੀ। ਅਤੇ 50% 50 ਗ੍ਰਾਮ ਦਵਾਈ ਆ ਜਿਹੜੀ ਉਹ ਨਹੀਂ ਖਰਾਬ ਕਰਦੀ ਹੈਗੀ, ਉਹ ਅਸੀਂ ਨੇ ਪਹਿਲਾਂ ਯੂਜ਼ ਕਰਕੇ ਦੇਖੀ ਆ। ਅਤੇ ਦੂਜੀ ਗੱਲ, ਖੇਤ ਜ਼ਿਆਦਾ ਗਿੱਲੇ ਨਾ ਹੋਣ ਜਿੱਥੇ ਆਪਾਂ ਸੰਕੋਰ ਦੀ ਵਰਤੋਂ ਕਰਨੀ ਆ। ਨੋਰਮਲ ਖੇਤਾਂ ਦੇ ਵਿੱਚ ਪੈਰ ਵਗੈਰਾ ਖੜਦਾ ਹੋਵੇ ਉਹੋ ਜਿਹੇ ਖੇਤਾਂ ਦੇ ਵਿੱਚ ਆਪਾਂ ਸੰਕੋਰ ਨੂੰ ਆ ਜਿਹੜਾ ਪਾ ਸਕਦੇ ਹਾਂ 50 ਗ੍ਰਾਮ ਨੂੰ, ਜਾਂ ਫਿਰ ਕਈ ਸਾਰੇ ਕਿਸਾਨ ਵੀਰ ਤਾਂ ਵੱਧ ਵੀ ਪਾ ਰਹੇ ਨੇ, ਜਾਂ ਵਿੱਚ ਕਿਸਾਨਾਂ ਨੇ ਵੀਡੀਓ ਵੀ ਬਣਾ ਕੇ ਪਾਈਆਂ ਹੋਈਆਂ ਨੇ ਗਰੁੱਪ ਦੇ ਵਿੱਚ ਜਿਨ੍ਹਾਂ ਨੇ 100 ਗ੍ਰਾਮ ਸੰਕੋਰ ਪਾਈ ਆ। ਅਤੇ ਬਟ ਅਸੀਂ ਹਜੇ ਨਹੀਂ ਰਿਕਮੈਂਡ ਕਰਦੇ ਹੈਗੇ ਕਿ ਐਕਸਲ ਦੇ ਵਿੱਚ 100 ਗ੍ਰਾਮ ਪਾਓ, ਬਟ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹਨੇ ਆਪਣਾ ਗੁੱਲੀ ਡੰਡੇ ਲਈ ਐਕਸਲ ਦਵਾਈ ਦੀ ਜੇ ਕੋਈ ਸਪਰੇਅ ਕਰ ਰਿਹਾ ਤਾਂ ਉਹ ਨਾ ਹੀ ਕਰੇ, ਉਹ ਇੱਕੋ ਗੱਲ ਹੈ। ਬਸ ਥੋੜ੍ਹਾ ਇਹ ਹੋ ਸਕਦਾ ਕਿ 20 ਦਿਨਾਂ ਦੇ ਲਈ ਗੁੱਲੀ ਡੰਡਾ ਜਿਹੜਾ ਰੁਕ ਜਾਵੇ, ਇਦੋਂ ਵੱਧ ਜਿਹੜਾ ਹੋਰ ਕੁਛ ਨਹੀਂ ਕਰਦੀ ਹੈਗੀ ਇਹ ਇਕੱਲੀ ਐਕਸਲ। ਆਹ ਜਿਵੇਂ ਆਪਾਂ ਦੇਖ ਹੀ ਸਕਦੇ ਹਾਂ ਗੁੱਲੀ ਡੰਡਾ ਕਿਵੇਂ ਜਿਵੇਂ ਮਤਲਬ ਪੀਲਾ ਜਿਹਾ ਤਾਂ ਕਰਿਆ ਹੋਇਆ, ਮਾਰਿਆ ਨਹੀਂ ਹੋਇਆ ਹੈਗਾ। ਇਸ ਤੋਂ ਬਾਅਦ ਆਹ ਫਾਂਟ ਤੋਂ ਬਿਨਾਂ ਇੱਧਰ ਆ ਜਿਹੜੀ ਆਪਣੀ ਸ਼ਾਗਨ ਦਵਾਈ ਕੀਤੀ ਹੋਈ ਆ, ਸ਼ਾਗਨ ਵਾਲਾ ਗੁੱਲੀ ਡੰਡਾ ਵੀ ਆਪਾਂ ਦੇਖ ਸਕਦੇ ਹਾਂ, ਥੋੜ੍ਹਾ ਜਿਹਾ ਕਣਕ ਦੇ ਉੱਤੇ ਇਫੈਕਟ ਇਹਨੇ ਕਰਿਆ ਹੋਇਆ, ਪਰ ਜਿਵੇਂ ਮਾਈਨਰ ਜਿਹਾ ਕਹਿ ਸਕਦੇ ਹਾਂ, 0.50% ਹੀ ਕਹਿ ਸਕਦੇ ਹਾਂ, 0.50 ਇੱਕ ਤੋਂ ਵੀ ਘੱਟ, 1% ਤੋਂ ਵੀ ਘੱਟ, ਕਿਉਂਕਿ ਇਹ 29-67 ਬੀਜ ਆ, ਉੱਧਰ ਆਪਣੇ 1943 ਬੀਜ ਬੀਜਿਆ ਹੋਇਆ ਉਹਦੇ ਉੱਤੇ ਹੈਗਾ 70-80% ਕਣਕ ਦੇ ਉੱਤੇ ਅਸਰ। ਕੁਛ ਬੀਜ ਨੇ ਜਿਵੇਂ ਬਰਬਟ ਹੋ ਗਿਆ, 550 ਹੋ ਗਿਆ, 343 ਹੋ ਗਿਆ, ਇਹਨਾਂ ਦੇ ਉੱਤੇ ਸ਼ਾਗਨ ਦਵਾਈ ਜਿਹੜੀ ਆ ਨਾ ਕੀਤੀ ਜਾਵੇ, ਕਿਉਂਕਿ ਇਹਨਾਂ ਨੂੰ ਕਣਕ ਨੂੰ ਇਹ ਰੋਕ ਲੈਂਦੀ ਆ, ਦੱਬ ਲੈਂਦੀ ਆ। ਅਤੇ ਜਿਵੇਂ ਹੁਣ ਇਸ ਤੋਂ ਬਾਅਦ ਆਪਾਂ ਦੇਖੀਏ ਸ਼ਾਗਨ ਦਾ ਰਿਜ਼ਲਟ, ਆਹ ਸਾਰਾ ਗੁੱਲੀ ਡੰਡਾ ਖੜਾ ਜਿਵੇਂ ਦੇਖ ਸਕਦੇ ਹਾਂ ਆਪਾਂ, ਪਰਾਲੀ ਦੇ ਵਿੱਚੇ ਰਲਾ ਤਾ, ਵੀਡੀਓ ਦੇ ਵਿੱਚ ਐਨ ਕਲੀਅਰ ਦਿਖ ਰਹੇ ਨੇ ਪੱਤੇ, ਵੈਸੇ ਤਾਂ ਬਿਲਕੁਲ ਆ ਜਿਵੇਂ ਫੂਸ ਬਣਾਇਆ ਪਿਆ,
ਆਹ ਗੁੱਲੀ ਡੰਡਾ ਥੋੜ੍ਹਾ ਜਿਹਾ ਹਰਾ ਰਹਿ ਗਿਆ, ਦੇਖ ਸਕਦੇ ਹਾਂ ਆਪਾਂ ਬਿਲਕੁਲ ਜਿਵੇਂ ਖਤਮ ਹੀ ਕਰਿਆ ਪਿਆ। ਇਸ ਤਰ੍ਹਾਂ ਦੇ ਰਿਜ਼ਲਟ ਨੇ ਵਿੱਚ ਦੋਸਤਾਂ ਦੇ ਕਮੈਂਟ ਵੀ ਆ ਰਹੇ ਸੀਗੇ ਕਿ ਸ਼ਗ ਨਿੱਕੀ 11 ਦਾ ਰਿਜ਼ਲਟ ਕਿਵੇਂ ਆ, ਤਾਂ ਦੋਸਤੋ ਸਾਰੇ ਤੁਸੀਂ ਦੇਖ ਸਕਦੇ ਹੋ ਆਹ ਕੀ ਰਿਜ਼ਲਟ ਹੈ ਇਹਦਾ, ਬਹੁਤ ਵਧੀਆ ਸਾਨੂੰ ਦੇਖਣ ਨੂੰ ਮਿਲਿਆ। ਸਾਰੇ ਕਿਤੇ ਐਵੇਂ ਹੀ ਆ ਜਿਵੇਂ ਆਹ ਦੇਖ ਸਕਦੇ ਆਪਾਂ, ਬਿਲਕੁਲ ਖਤਮ ਜਿਹੜਾ ਹੈ ਇਹਨੇ ਗੁੱਲੀ ਡੰਡੇ ਨੂੰ ਕਰ ਦਿੱਤਾ ਅਤੇ ਵਧੀਆ ਰਿਜ਼ਲਟ ਹੈ। ਬਟ ਇਹ ਗੱਲ ਅਸੀਂ ਫਿਰ ਕਹਿੰਦੇ ਹਾਂ ਕਿ ਗਿੱਲੇ ਦੇ ਵਿੱਚ ਨਾ ਇੱਕ ਤਾਂ ਸਪਰੇਅ ਕਰੋ ਅਤੇ ਇੱਕ ਕੁਛ ਜਿਹੜੇ ਸਿਲੈਕਟਡ ਬੀਜ ਨੇ ਉਹਨਾਂ ਦੇ ਉੱਤੇ ਨਾ ਕਰੋ ਇਹ ਸਪਰੇਅ ਨੂੰ, ਉਹ ਪਹਿਲਾਂ ਦੱਸ ਹੀ ਚੁੱਕੇ ਹਾਂ। ਗੁੱਲੀ ਡੰਡੇ ਦਾ ਜਿਹੜਾ ਨਾਸ਼ ਹੈ ਕਰਿਆ ਇਹ ਤਾਂ ਬਸ ਅੱਜ ਦੇ ਦਿਨ ਦੇ ਵਿੱਚ ਟੌਪ ਦੀ ਦਵਾਈ ਹੀ ਕਹਿ ਸਕਦੇ ਹਾਂ। ਆਹ ਦੇਖ ਲਓ ਸਾਰਾ ਗੁੱਲੀ ਡੰਡਾ, ਇਹ ਪਰਾਲੀ ਦੀ ਅਤੇ ਗੁੱਲੀ ਡੰਡੇ ਦੀ ਤਾਂ ਪਛਾਣ ਆਪਾਂ ਨੂੰ ਹੈਗੀ ਅਲੱਗ, ਵੀਡੀਓ ਦੇ ਵਿੱਚ ਕਲੀਅਰ ਦਿਖ ਰਿਹਾ ਹੈ। ਅਤੇ ਆਹ ਦੇਖ ਸਕਦੇ ਹਾਂ ਆਪਾਂ ਕਿਵੇਂ ਗੁੱਲੀ ਡੰਡੇ ਨੂੰ ਬਿਲਕੁਲ ਖਾਤਮਾ ਹੈ ਜਿਹੜਾ ਉਹ ਕੀਤਾ ਪਿਆ। ਆਹ ਦੇਖੋ ਆਹ ਪਰਾਲੀ ਆ ਅਤੇ ਆਹ ਗੁੱਲੀ ਡੰਡਾ ਬਿਲਕੁਲ ਐਨ ਸੁਕਾਇਆ ਪਿਆ। ਅਤੇ ਇੱਥੇ ਜਿਹੜਾ ਕਣਕ ਹੈ ਉਹ ਕਣਕ ਨੂੰ ਵੀ ਨਹੀਂ ਕੁਛ ਕਿਹਾ ਹੋਇਆ ਹੈਗਾ, ਆਹ ਵੀ ਆਪਾਂ ਸਾਰੇ ਖੁੱਡਾਂ ਦੇ ਵਿੱਚ ਦੇਖ ਸਕਦੇ ਹਾਂ। ਕਣਕ ਬਿਲਕੁਲ ਸਹੀ ਖੜੀ ਹੈ, ਇਹ 29-60 ਬੀਜ ਆ ਆਪਣਾ, ਸੋ ਇਹਦੇ ਉੱਤੇ ਤਾਂ ਆਪਣਾ ਚੈੱਕ ਹੋ ਹੀ ਗਿਆ ਕਿ ਬਿਲਕੁਲ ਵੀ ਕੋਈ ਚੱਕਰ ਨਹੀਂ ਹੈਗਾ। ਇਸ ਤੋਂ ਬਿਨਾਂ 725 ਵੀ ਦੇ ਉੱਤੇ ਵੀ ਆਪਣੀ ਸ਼ਾਗਨ ਦਵਾਈ ਦੀ ਸਪਰੇਅ ਕੀਤੀ ਹੋਈ ਆ, ਉਹਨੂੰ ਵੀ ਨਹੀਂ ਕੋਈ ਇਫੈਕਟ ਪਿਆ ਹੋਇਆ। ਬਾਕੀ ਜਿੱਥੇ ਆਪਾਂ ਨੇ ਐਕਸਲ ਦੇ ਵਿੱਚ ਸੰਕੋਰ ਰਲਾ ਕੇ ਸਪਰੇਅ ਕੀਤੀ ਹੋਈ ਆ ਉਹਦਾ ਵੀ ਰਿਜ਼ਲਟ ਜਿਉਂ ਹੀ ਆਊਗਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅੱਜ ਦੇ ਟਾਈਮ ਦੇ ਵਿੱਚ 7 ਜਨਵਰੀ ਨੂੰ ਬੈਸਟ ਦਵਾਈ ਸਾਡੇ ਲਈ ਜਿਹੜਾ ਅਸੀਂ ਨੇ ਐਕਸਪੀਰੀਅੰਸ ਕੀਤੇ ਨੇ ਉਹਨਾਂ ਦੇ ਵਿੱਚ ਸ਼ਾਗਨ 21-11 ਉਹਦਾ ਬੈਸਟ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ। ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਓਕੇ ਜੀ।